स्वागत है दोस्तों चैनल TVI18 दे प्रोग्राम डेविल्स एडवोकेट दे पहले एपिसोड विच आज साडे नाल हन पंजाब हॉर्टीकल्चर डिपार्टमेंट दे डिप्टी डायरेक्टर डॉक्टर स्वरण सिंह मान। इन्हां नूं अज असीं किसानां वल्लों बागवानी विभाग नाल संबंधित प्रश्न पुछांगे तां जो किसान बागवानी बारे अपनी समझ वधा सकन ते इस तों लाभ उठा सकन। हांजी मैडम, तुहाडा वी बहुत बहुत धन्नवाद ते सारे श्रोतियां दा बहुत बहुत धन्नवाद। ਜਿਹੜਾ ਤੁਸੀਂ ਇਹ ਸਟੂਡੀਓ ਸਟਾਰਟ ਕਰਕੇ ਪੰਜਾਬ ਦੇ ਲੋਕਾਂ ਲਈ ਤੇ ਕਿਸਾਨਾਂ ਲਈ ਬਹੁਤ ਇੱਕ ਮਦਦਗਾਰ ਸਿੱਧ ਹੋਵੇਗਾ ਕਿ ਜਿਨ੍ਹਾਂ ਦੇ ਨਾਲ ਆਰਥਿਕ ਤੌਰ ਦੇ ਉੱਤੇ ਤੇ ਉਹਨਾਂ ਨੂੰ ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣ ਤੇ ਬਾਗਬਾਨੀ ਵੱਲ ਲਿਆਉਣ ਵਾਸਤੇ ਵੀ ਕਾਫੀ ਯੋਗਦਾਨ ਪਾ ਸਕੇਗਾ। ਮੈਂ ਬਹੁਤ ਬਹੁਤ ਅੱਗੇ ਫਿਰ ਦੁਆਰਾ ਧੰਨਵਾਦ ਕਰ। ਡਾਕਟਰ ਸਾਹਿਬ, ਕੀ ਕਾਰਨ ਹੈ ਕਿ ਅੱਜ ਤੱਕ ਪੰਜਾਬ ਦਾ ਕਿਸਾਨ ਵੱਡੇ ਪੱਧਰ ਤੇ ਹਾਰਟੀਕਲਚਰ ਨੂੰ ਨਹੀਂ ਅਪਣਾ ਸਕੇ? ਹਾਂਜੀ ਮੈਡਮ, ਬਾਗਬਾਨੀ ਦਾ ਭਵਿੱਖ ਤਾਂ ਬਹੁਤ ਜ਼ਿਆਦਾ ਹੈ। ਲੋਕਾਂ ਨੇ ਬਹੁਤ ਜ਼ਿਆਦਾ ਬਾਗਬਾਨੀ ਵੱਲ ਆਪਣੀ ਡਾਇਵਰਸਿਫਿਕੇਸ਼ਨ ਕੀਤੀ ਹੈ, ਆਏ ਵੀ ਹਨ, ਪਰ ਇਹਦੇ ਵਿੱਚ ਵੱਡੀ ਪ੍ਰੋਬਲਮ ਇਹਦੇ ਵਿੱਚ ਮਾਰਕੀਟਿੰਗ ਦੀ ਪ੍ਰੋਬਲਮ ਆਉਂਦੀ ਹੈ, ਜਿਸ ਦੇ ਵਿੱਚ ਸਾਰੀਆਂ ਮਾਰਕੀਟਿੰਗ ਦੇ ਵਿੱਚ ਸਪੋਰਟ ਪ੍ਰਾਈਸ ਸਬਜ਼ੀਆਂ ਫਲਾਂ ਦੇ ਵਿੱਚ ਨਹੀਂ ਹੈ, ਜਿਸ ਤਰ੍ਹਾਂ ਕਿ ਦੂਸਰੀਆਂ ਆਪਣੀਆਂ ਰਵਾਇਤੀ ਫਸਲਾਂ ਕਣਕ ਝੋਨਾ ਹੈ। ਜੇ ਇਹਦੇ ਵਿੱਚ ਵੀ ਥੋੜੀ ਜਿਹੀ ਸਪੋਰਟ ਪ੍ਰਾਈਸ ਸਰਕਾਰ ਵੱਲੋਂ ਹੋਵੇ ਤਾਂ ਲੋਕੀ ਇਹਨੂੰ ਵੱਧ ਬਣਾਉਣਗੇ। ਇਸ ਤੋਂ ਬਿਨਾਂ ਸਰਕਾਰ ਨੂੰ ਇਹ ਵੀ ਚਾਹੀਦਾ ਹੈ ਕਿ ਇਹਦੇ ਲਈ ਪ੍ਰੋਸੈਸਿੰਗ ਦੀ ਇੰਡਸਟਰੀ ਲਾਵੇ ਜਾਂ ਇਹਦੇ ਲਈ ਜਿਹੜੇ ਵੱਖਰੇ ਕੋਲਡ ਸਟੋਰ ਬਣਾਏ ਜਾਣ ਜਿਹਦੇ ਵਿੱਚ ਫਾਰਮਰ ਆਪਣੇ ਪ੍ਰੋਡਕਟ ਨੂੰ ਆਪਣੀ ਪ੍ਰੋਡਿਊਸ ਨੂੰ ਸਟੋਰ ਕਰ ਸਕਣ। ਡਾਕਟਰ ਸਾਹਿਬ, ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵੱਖਰਾ ਪੰਜਾਬ ਹਾਰਟੀਕਲਚਰ ਬੋਰਡ ਬਣਾਉਣ ਦੀ ਘੋਸ਼ਣਾ ਕੀਤੀ ਸੀ, ਇਸ ਦੇ ਨਾਲ ਪੰਜਾਬ ਦੇ ਹਾਰਟੀਕਲਚਰ ਵਿੱਚ ਕੀ ਕੀ ਤਬਦੀਲੀਆਂ ਆਉਣਗੀਆਂ? ਹਾਂਜੀ ਮੈਡਮ, ਇਹ ਅਜੇ ਮੁੱਖ ਮੰਤਰੀ ਸਾਹਿਬ ਨੇ ਇਸ ਦਾ ਐਲਾਨ ਕੀਤਾ ਸੀ, ਪਰ ਅਜੇ ਇਹ ਇਹਦੇ ਤੇ ਅਮਲੀ ਜਾਮਾ ਅਜੇ ਤੱਕ ਪਹਿਨਾਇਆ ਨਹੀਂ ਗਿਆ। ਜਦੋਂ ਇਹ ਅਮਲੀ ਜਾਮਾ ਪਹਿਨਾਇਆ ਜਾਵੇਗਾ ਇਹਦੇ ਨਾਲ ਬਾਗਬਾਨੀ ਦੇ ਲਈ ਲੋਕੀ ਬਹੁਤ ਜ਼ਿਆਦਾ ਉਤਸ਼ਾਹਿਤ ਹੋਣਗੇ, ਉਹਦੇ ਲਈ ਵੱਖਰਾ ਸਟਾਫ ਹੋਣ ਦੀ ਸੰਭਾਵਨਾ ਹੋਏਗੀ, ਨਵੀਆਂ ਨਵੀਆਂ ਨੀਤੀਆਂ ਬਣਨਗੀਆਂ। ਪਰ ਇਸ ਤੋਂ ਬਿਨਾਂ ਵੀ ਮੈਂ ਦੱਸਣਾ ਚਾਹੂੰਗਾ ਕਿ ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਹਾਰਟੀਕਲਚਰ ਯੂਨੀਵਰਸਿਟੀ ਦਾ ਵੀ ਐਲਾਨ ਕੀਤਾ ਗਿਆ ਸੀ, ਪਰ ਕੁਝ ਕਾਰਨਾਂ ਕਰਕੇ ਉਹ ਨਹੀਂ ਬਣ ਸਕੀ। ਪਰ ਉਹਦੇ ਬਦਲੇ ਦੇ ਵਿੱਚ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਹੀ ਪੰਜਾਬ ਇੱਕ ਹਾਰਟੀਕਲਚਰ ਕਾਲਜ ਖੋਲਿਆ ਜਾ ਰਿਹਾ ਹੈ, ਜਿਸ ਨਾਲ ਉੱਥੇ BSc ਹਾਰਟੀਕਲਚਰ ਦੀ ਪੜ੍ਹਾਈ ਸਟਾਰਟ ਹੋਵੇਗੀ। ਇਹਦੇ ਨਾਲ ਹੀ ਫਰੈਸਟਰੀ, ਉਹ ਜੋ ਕਾਲਜ ਦਾ ਨਾਂ ਕਾਲਜ ਆਫ ਹਾਰਟੀਕਲਚਰ ਐਂਡ ਫਰੈਸਟਰੀ ਹੋਵੇਗਾ, ਜਿੱਥੇ ਫਰੈਸਟਰੀ ਦੀ ਪੜ੍ਹਾਈ ਵੀ ਕਰਾਈ ਜਾਏਗੀ ਤੇ ਹਾਰਟੀਕਲਚਰ ਦੀ ਪੜ੍ਹਾਈ ਕਰਾਈ ਜਾਏਗੀ। ਹੁਣ ਐਟ ਪ੍ਰੈਜੈਂਟ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦੇ ਵਿੱਚ BSc ਐਗਰੀਕਲਚਰ ਦੀ ਪੜ੍ਹਾਈ ਕੀਤੀ ਜਾਂਦੀ ਹੈ ਤੇ ਜਿਹੜੀ ਸਪੈਸ਼ਲਾਈਜੇਸ਼ਨ ਅੱਗੇ ਫਰਦਰ ਉਹ ਹਾਰਟੀਕਲਚਰ ਦੇ ਵਿੱਚ ਕਰਾਈ ਜਾਂਦੀ ਹੈ, ਤੇ ਆਉਣ ਵਾਲੇ ਭਵਿੱਖ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਹਾਰਟੀਕਲਚਰ ਦਾ ਭਵਿੱਖ ਬਹੁਤ ਉਜਲ ਹੋਵੇਗਾ। ਡਾਕਟਰ ਸਾਹਿਬ, ਪੰਜਾਬ ਦੇ ਵਿੱਚ ਕਿਹੜੇ ਕਿਹੜੇ ਖੇਤਰ ਬਾਗਬਾਨੀ ਦੀ ਕਿਸ ਕਿਸ ਉਪਜ ਲਈ ਸਹੀ ਹਨ, ਇਸ ਬਾਰੇ ਕੁਝ ਦੱਸੋਗੇ? ਹਾਂਜੀ ਮੈਡਮ, ਪੰਜਾਬ ਨੂੰ ਏਰੀਆ ਦੇ ਹਿਸਾਬ ਨਾਲ ਵੱਖ ਵੱਖ ਫਲਾਂ ਦੇ ਲਈ ਉਹਨਾਂ ਲਈ ਨਿਰਧਾਰਿਤ ਕੀਤੇ ਗਏ ਹਨ, ਤਕਰੀਬਨ ਸਰਕਾਰ ਵੱਲੋਂ ਜ਼ੋਨ ਬਣਾਏ ਗਏ ਹਨ। ਜਿਵੇਂ ਕੰਢੀ ਏਰੀਏ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਉੱਥੇ ਸਿਟਰਸ ਦੀ ਕਾਸ਼ਤ ਬਹੁਤ ਸਫਲਤਾਪੂਰਵਕ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਪਠਾਨਕੋਟ ਦੇ ਏਰੀਏ ਦੇ ਵਿੱਚ ਲੀਚੀ ਦੀ ਜ਼ੋਨ ਬਣਾਈ ਗਈ ਹੈ। ਇਸ ਤੋਂ ਬਿਨਾਂ ਨਾਖਾਂ ਦੇ ਲਈ ਜਲੰਧਰ ਤੇ ਅੰਮ੍ਰਿਤਸਰ ਦੇ ਵਿੱਚ ਉਹ ਨਾਖਾਂ ਦਾ ਇਹ ਜ਼ੋਨ ਬਣਿਆ ਹੋਇਆ ਹੈ। ਇਸ ਤੋਂ ਬਿਨਾਂ ਅਬੋਹਰ ਦੇ ਸਾਈਡ ਦੇ ਵਿੱਚ ਵੀ ਸਿਟਰਸ ਦਾ ਬਹੁਤ ਜ਼ਿਆਦਾ ਸਕੋਪ ਹੈ ਤੇ ਸੈਂਟਰਲ ਜ਼ੋਨ ਜਿਵੇਂ ਪਟਿਆਲਾ, ਲੁਧਿਆਣਾ, ਫਤਿਹਗੜ੍ਹ ਸਾਹਿਬ, ਸੰਗਰੂਰ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅਮਰੂਦਾਂ ਦੀ ਕਾਸ਼ਤ ਜ਼ਿਆਦਾ ਕੀਤੀ ਜਾਂਦੀ ਹੈ। ਇਸੇ ਪੈਟਰਨ ਦੇ ਉੱਤੇ ਹੀ ਪੰਜਾਬ ਸਰਕਾਰ ਵੱਲੋਂ ਜਿਸ ਤਰ੍ਹਾਂ ਦੀਆਂ ਜਿਵੇਂ ਕ੍ਰੋਪਸ ਰੀਜਨ ਵਾਈਜ਼ ਹੋਣਗੀਆਂ ਉਸੇ ਹਿਸਾਬ ਦੇ ਨਾਲ, ਜਿਵੇਂ ਪਟਿਆਲੇ ਦੀ ਗੱਲ ਕਰੀਏ ਤਾਂ ਇੱਥੇ ਗੁਆਵਾ ਸਟੇਟ ਸਰਕਾਰ ਵੱਲੋਂ ਬਣਾਈ ਜਾ ਰਹੀ ਹੈ, ਤੇ ਨਾਖਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਇੱਕ ਨਾਖਾਂ ਦੀ ਸਟੇਟ ਬਣਾਈ ਜਾ ਰਹੀ ਹੈ। ਸਿਟਰਸ ਤੇ ਦੀਆਂ ਸਟੇਟਾਂ ਆਲਰੇਡੀ ਹੁਸ਼ਿਆਰਪੁਰ ਜ਼ਿਲ੍ਹੇ ਤੇ ਹੋਰ ਦੇ ਸਾਈਡ ਦੇ ਵਿੱਚ ਬਣੀਆਂ ਹੋਈਆਂ ਹਨ। ਇਸੇ ਤਰ੍ਹਾਂ ਇੱਕ ਲੀਚੀ ਦੀ ਸਟੇਟ ਪਠਾਨਕੋਟ ਵਿਖੇ ਬਣਾਈ ਜਾ ਰਹੀ ਹੈ, ਤੇ ਸੈਂਟਰ ਦੇ ਵਿੱਚ ਜਲੰਧਰ ਡਿਸਟ੍ਰਿਕਟ ਦੇ ਵਿੱਚ ਆਲੂਆਂ ਦਾ ਇੱਕ ਸੈਂਟਰ ਬਣਾਇਆ, ਸੈਂਟਰ ਆਫ ਐਕਸਲੈਂਸ ਬਣਾਇਆ ਜਾ ਰਿਹਾ ਹੈ, ਜਿਹਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਆਪਣੀ ਆਰਥਿਕਤਾ ਵਿੱਚ ਵਧਾਉਣ ਵਿੱਚ ਮਦਦ ਮਿਲੇਗੀ। ਹੁਣ ਐਟ ਪ੍ਰੈਜੈਂਟ ਪੰਜਾਬ ਸਰਕਾਰ ਵੱਲੋਂ ਸੈਂਟਰ ਆਫ ਐਕਸਲੈਂਸ ਫਾਰ ਵੈਜੀਟੇਬਲਜ ਕਰਤਾਰਪੁਰ ਵਿਖੇ ਇੱਕ ਬਣਾਇਆ ਗਿਆ ਹੈ, ਜਿੱਥੇ ਸਾਰੇ ਪੰਜਾਬ ਨੂੰ ਤਕਨੀਕੀ ਜਾਣਕਾਰੀ 3 ਦਿਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਲੋਕਾਂ ਨੂੰ ਉੱਥੋਂ ਪਨੀਰੀਆਂ ਵੀ ਸਬਜ਼ੀਆਂ ਦੀਆਂ ਮੁਹੱਈਆ ਕੀਤੀਆਂ ਜਾਂਦੀਆਂ, ਜਿਹੜਾ ਕਿ ਇਜ਼ਰਾਈਲ ਦੀ ਸਹਾਇਤਾ ਦੇ ਨਾਲ ਉਹ ਪ੍ਰੋਜੈਕਟ ਚੱਲ ਰਿਹਾ ਹੈ। ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਫੁੱਲਾਂ ਦੀ ਕਾਸ਼ਤ ਲਈ ਸੈਂਟਰ ਆਫ ਐਕਸਲੈਂਸ ਬਣਾਇਆ ਜਾ ਰਿਹਾ ਹੈ, ਉਹ ਰੀਜਨ ਵਾਈਜ਼ ਆ, ਜਿਹੜਾ ਕਿ ਸੈਂਟਰ ਦੇ ਜ਼ਿਲ੍ਹਿਆਂ ਦੇ ਲਈ ਬਹੁਤ ਮਦਦਗਾਰ ਹੋਵੇਗਾ। ਇਸੇ ਤਰ੍ਹਾਂ ਇੱਕ ਸੈਂਟਰ ਆਫ ਐਕਸਲੈਂਸ ਸਿਟਰਸ ਵਾਸਤੇ ਢੋਗੜੀ ਦੇ ਨੇੜੇ ਖਨੌੜਾ ਫਾਰਮ ਹੈ, ਖਨੌੜੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ, ਉੱਥੇ ਸਾਰੇ ਪੰਜਾਬ ਦੇ ਲਈ ਇੱਕ ਸੈਂਟਰ ਆਫ ਐਕਸਲੈਂਸ ਬਣਾਇਆ ਹੈ। ਇਸ ਤਰ੍ਹਾਂ ਪੰਜਾਬ ਸਰਕਾਰ ਦਾ ਬਹੁਤ ਜ਼ਿਆਦਾ ਧਿਆਨ ਦਿੱਤਾ ਹੋਇਆ ਹੈ, ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਭਵਿੱਖ ਬਹੁਤ ਵਧੀਆ ਹੋਵੇਗਾ। ਸਰ,
ਸਾਹਿਬ ਜੇ ਕਿਸਾਨ ਹਾਰਟੀਕਲਚਰ ਅਪਣਾਉਂਦੇ ਹਨ ਤਾਂ ਤੁਹਾਡੇ ਡਿਪਾਰਟਮੈਂਟ ਵੱਲੋਂ ਉਹਨਾਂ ਨੂੰ ਕੀ ਤਕਨੀਕੀ ਸਹਾਇਤਾ ਉਪਲਬਧ ਕਰਾਈ ਜਾਂਦੀ ਹੈ? ਹਾਂਜੀ ਮੈਡਮ, ਇਹ ਤੁਹਾਡਾ ਸਵਾਲ ਬਹੁਤ ਮਹੱਤਵਪੂਰਨ ਹੈ। ਮੈਂ ਇਹਦੇ ਵਿੱਚ ਦੱਸਣਾ ਚਾਹੂੰਗਾ ਕਿ ਸਾਡੇ ਬਾਗਬਾਨੀ ਵਿਭਾਗ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਤਕਨੀਕੀ ਜਾਣਕਾਰੀ ਮੁਫ਼ਤ ਮੁਹੱਈਆ ਕਰਾਈ ਜਾਂਦੀ ਹੈ। ਤਕਨੀਕੀ ਜਾਣਕਾਰੀ ਤੋਂ ਇਲਾਵਾ ਜਦੋਂ ਮੈਂ ਦੱਸਣਾ ਚਾਹੂੰਗਾ, ਜਦੋਂ ਵੀ ਕਿਸੇ ਜ਼ਿਮੀਦਾਰ ਭਰਾ ਨੇ ਬਾਗ ਲਾਉਣਾ ਹੋਵੇ ਤਾਂ ਉਹ ਮਿੱਟੀ ਤੇ ਪਾਣੀ ਦੇ ਸੈਂਪਲ ਪਹਿਲਾਂ ਅਸੀਂ ਵਿਭਾਗ ਵੱਲੋਂ ਟੈਸਟ ਕਰਵਾਏ ਜਾਂਦੇ ਹਾਂ ਵੀ ਉਹਦੀ ਮਿੱਟੀ ਕਿਸ ਕਿਸਮ ਦੀ ਹੈ, ਉਸੇ ਕਿਸਮ ਦਾ ਉੱਥੇ ਬਾਗ ਲਵਾਇਆ ਜਾਂਦਾ ਹੈ। ਜੇ ਮਿੱਟੀ ਜਿਹੜੀ ਤਰ੍ਹਾਂ ਦੀ ਫਿੱਟ ਹੁੰਦੀ ਹੈ ਫਿਰ ਉਸੇ ਤਰ੍ਹਾਂ ਦਾ ਬਾਗ ਵੀ ਕਿੰਨੇ ਫਾਸਲੇ ਦੇ ਉੱਤੇ ਬਾਗ ਲੱਗਣਾ ਹੈ, ਉਹਦੀ ਜਿਹੜੀ ਵਿਉਂਤਬੰਦੀ ਹੈ, ਲੇਆਊਟ ਕਰਾਉਣੀ ਹੈ, ਉਹ ਵਿਭਾਗ ਦੇ ਕਰਮਚਾਰੀ ਉੱਥੇ ਜਾ ਕੇ ਉਹਨਾਂ ਨੂੰ ਤਕਨੀਕੀ ਤੌਰ ਤੇ ਸਾਰੀ ਜਾਣਕਾਰੀ ਦਿੰਦੇ ਹਨ। ਉਸ ਤੋਂ ਬਾਅਦ ਉਹਦੇ ਟੋਏ ਪਿਟਸ ਵਗੈਰਾ ਤਿਆਰ ਕਰਕੇ ਰੂੜੀ ਦੀ ਖਾਦ ਵਗੈਰਾ ਪਾ ਕੇ ਤੇ ਦੇਸੀ ਖਾਦ ਪਾ ਕੇ ਉਹਨੂੰ ਭਰ ਕੇ ਤੇ ਪ੍ਰੋਪਰ ਤਰੀਕੇ ਨਾਲ ਬੂਟੇ ਲਾਉਣ ਦੀ ਉਹਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤੋਂ ਬਿਨਾਂ ਬਾਗਬਾਨੀ ਵਿਭਾਗ ਵੱਲੋਂ ਕਈ ਤਰ੍ਹਾਂ ਦੀਆਂ ਸਬਸਿਡੀਆਂ ਵੀ ਦਿੱਤੀਆਂ ਜਾਂਦੀਆਂ ਹਨ, ਉਹਦੇ ਬਾਰੇ ਵੀ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ। ਜੇ ਕਿਸਾਨ ਹਾਰਟੀਕਲਚਰ ਅਪਣਾ ਕੇ ਫਲ ਫੁੱਲ ਜਾਂ ਸਬਜ਼ੀਆਂ ਲਗਾਉਂਦੇ ਹਨ ਤਾਂ ਡਾਕਟਰ ਸਾਹਿਬ ਉਹਨਾਂ ਲਈ ਮੰਡੀ ਕਿੱਥੇ ਹੈ? ਮੈਡਮ, ਮੰਡੀਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਅਜੇ ਕੋਈ ਸੈਪਰੇਟ ਤਾਂ ਬੈਂਕ ਅਜੇ ਤੱਕ ਨਹੀਂ ਬਣਾਇਆ ਗਿਆ ਹੈ, ਪਰ ਪੰਜਾਬ ਸਰਕਾਰ ਵੱਲੋਂ ਇਹਦੇ ਪ੍ਰੋਸੈਸ ਦੇ ਵਿੱਚ ਹੈ ਕਿ ਬਾਗਬਾਨੀ ਵਿਭਾਗ ਦੇ ਵਿੱਚ ਵੀ ਇੱਕ ਮੰਡੀਕਰਨ ਦਾ ਬੈਂਕ ਬਣਾਇਆ ਜਾਵੇ, ਜਿਹੜਾ ਕਿ ਪੰਜਾਬ ਦੇ ਕਿਸਾਨਾਂ ਦੇ ਲਈ, ਬਾਗਬਾਨਾਂ ਲਈ ਇੱਕ ਬਹੁਤ ਸਫਲਤਾਪੂਰਵਕ ਸਿੱਧ ਹੋਵੇਗਾ। ਇਹਦੇ ਲਈ ਉਹ ਪ੍ਰੋਸੈਸ ਚੱਲ ਰਿਹਾ ਹੈ, ਪਰ ਇਸ ਤੋਂ ਪਹਿਲਾਂ ਵੀ ਮੈਂ ਦੱਸਣਾ ਚਾਹੂੰਗਾ ਕਿ ਮੰਡੀਕਰਨ ਦੇ ਲਈ ਜੇ ਪੰਜਾਬ ਸਰਕਾਰ ਵੱਲੋਂ ਆਲਰੇਡੀ ਕੌਮੀ ਬਾਗਬਾਨੀ ਮਿਸ਼ਨ ਦੇ ਅਧੀਨ ਉਹਦੇ ਲਈ ਮਾਰਕੀਟਿੰਗ ਦੇ ਪ੍ਰਬੰਧ ਕਰਨ ਦੇ ਲਈ ਕੋਸ਼ਿਸ਼ ਕੀਤੀ ਗਈ ਹੈ, ਜਿਹਦੇ ਵਿੱਚ ਕੋਈ ਵੀ ਵਿਅਕਤੀ ਆਪਣਾ ਪ੍ਰੋਸੈਸਿੰਗ ਯੂਨਿਟ ਲਾ ਸਕਦਾ ਹੈ ਜਿਹੜਾ ਫਲ ਫਰੂਟ ਸਬਜ਼ੀਆਂ ਨੂੰ ਪ੍ਰੋਸੈਸ ਕਰ ਸਕੇ। ਉਹਦੇ ਵਿੱਚ ਵਿਭਾਗ ਵੱਲੋਂ 35% ਸਬਸਿਡੀ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਮੰਡੀਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਜਿਵੇਂ ਪਲਾਸਟਿਕ ਦੇ ਕਰੇਟ ਵੀ ਦਿੱਤੇ ਜਾਂਦੇ ਹਨ ਤਾਂ ਕਿ ਉਹ ਆਪਣਾ ਮਾਲ ਨੂੰ ਗ੍ਰੇਡਿੰਗ ਕਰਕੇ ਮੰਡੀ ਦੇ ਵਿੱਚ ਲੈ ਕੇ ਜਾਣ, ਉਹਦੇ ਨਾਲ ਉਹਨਾਂ ਨੂੰ ਵੱਧ ਰੇਟ ਮਿਲੇਗਾ ਤੇ ਆਪਣੀ ਕੁਆਲਿਟੀ ਉਹਨਾਂ ਦੀ ਡਾਊਨ ਨਹੀਂ ਹੋਏਗੀ, ਉਹ ਕੁਆਲਿਟੀ ਦੇ ਹਿਸਾਬ ਨਾਲ ਹੀ ਉਹਨਾਂ ਨੂੰ ਰੇਟ ਮਿਲੇਗਾ। ਜੇ ਮਿਕਸ ਕਰਕੇ ਫਰੂਟ ਲੈ ਕੇ ਜਾਣਗੇ ਤਾਂ ਉਹਨਾਂ ਨੂੰ ਵਧੀਆ ਰੇਟ ਨਹੀਂ ਮਿਲੇਗਾ ਤੇ ਘੱਟ ਰੇਟ ਮਿਲੇਗਾ, ਇਸ ਤਰ੍ਹਾਂ ਉਹਨਾਂ ਦੀ ਕੁਆਲਿਟੀ ਵਿੱਚ ਸੁਧਾਰ ਨਹੀਂ ਆਵੇਗਾ। ਇਸ ਤੋਂ ਪਹਿਲਾਂ ਮੈਂ ਇੱਕ ਹੋਰ ਦੱਸਣਾ ਚਾਹੂੰਗਾ ਕਿ ਮੰਡੀਕਰਨ ਜਦੋਂ ਗ੍ਰੇਡਿੰਗ ਕਰਨੀ ਹੈ ਉਹਦੇ ਵਿੱਚ ਬਾਗਬਾਨੀ ਵਿਭਾਗ ਵੱਲੋਂ ਕੌਮੀ ਬਾਗਬਾਨੀ ਮਿਸ਼ਨ ਦੇ ਅਧੀਨ ਪੈਕ ਹਾਊਸ ਤੇ ਵੀ ਸਬਸਿਡੀ ਦਿੱਤੀ ਜਾਂਦੀ ਹੈ। ਪੈਕ ਹਾਊਸ ਤਾਂ ਇੱਕ 2 ਲੱਖ ਰੁਪਏ ਸਬਸਿਡੀ ਦਿੱਤੀ ਜਾਂਦੀ ਹੈ, ਜਿਹੜਾ ਕਿ 4 ਲੱਖ ਦਾ ਪ੍ਰੋਜੈਕਟ ਹੈ, ਉਹਦੇ ਵਿੱਚ ਗ੍ਰੇਡਿੰਗ ਕੀਤੀ ਜਾਂਦੀ ਹੈ ਫਲ ਜਾਂ ਸਬਜ਼ੀਆਂ ਦੀ, ਤੁਸੀਂ ਉੱਥੇ ਰੱਖ ਕੇ ਉਹਨੂੰ ਗ੍ਰੇਡਿੰਗ ਕਰ ਸਕਦੇ ਹੋ। ਗ੍ਰੇਡਿੰਗ ਕਰਕੇ ਫਿਰ ਮੰਡੀਕਰਨ ਦੇ ਲਈ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਪਲਾਸਟਿਕ ਦੇ ਕਰੇਟਾਂ ਦੇ ਵਿੱਚ ਪਾ ਕੇ ਉਹ ਸਬਜ਼ੀ ਪ੍ਰਾਪਤ ਕਰ ਸਕਦੇ ਹਨ। ਹੁਣ ਮੈਂ ਦੱਸਣਾ ਚਾਹੂੰਗਾ ਜੇ ਪਲਾਸਟਿਕ ਕਰੇਟ ਦੀ ਜਿਸ ਕਿਸੇ ਜ਼ਿਮੀਦਾਰ ਭਰਾ ਨੇ ਬਾਗਬਾਨ ਨੇ ਇਹਨਾਂ ਪਲਾਸਟਿਕ ਕਰੇਟਾਂ ਦੇ ਉੱਤੇ ਸਬਸਿਡੀ ਲੈਣੀ ਹੋਵੇ, ਉਹ 2011-18 ਤੱਕ ਜ਼ਿਮੀਦਾਰਾਂ ਤੋਂ ਆਉਂਦੀਆਂ ਐਪਲੀਕੇਸ਼ਨਾਂ ਮੰਗੀਆਂ ਗਈਆਂ ਹਨ, ਉੱਤੇ 25% ਸਬਸਿਡੀ ਬਾਗਬਾਨੀ ਵਿਭਾਗ ਵੱਲੋਂ ਉਹਨਾਂ ਨੂੰ ਦਿੱਤੀ ਜਾਵੇਗੀ। ਬੇਇਨਸਾਫੀ ਨਾ ਕੀਤੀ ਜਾਵੇ, ਕਿਉਂਕਿ ਜ਼ਿਮੀਦਾਰ ਭਰਾ ਬਹੁਤ ਬਲਕ ਦੇ ਵਿੱਚ ਸਬਜ਼ੀਆਂ ਤੇ ਫਲਾਂ ਦੀ ਕਾਸ਼ਤ ਕਰਦੇ ਹਨ, ਜੇਕਰ ਉਹਨਾਂ ਦੀ ਇੰਡਸਟਰੀਲਾਈਜੇਸ਼ਨ ਜਿੰਨਾ ਚਿਰ ਨਹੀਂ ਹੁੰਦੀ। ਇਹਦੇ ਵਿੱਚ ਇੰਡੀਆ ਦੇ ਵਿੱਚ ਹੀ ਮੈਂ ਕਹੂੰਗਾ ਤਕਰੀਬਨ 2% ਦੇ ਕਰੀਬ ਪ੍ਰੋਸੈਸਿੰਗ ਕੀਤੀ ਜਾਂਦੀ ਹੈ, ਜਦੋਂ ਕਿ ਬਾਹਰਲੇ ਕੰਟਰੀਆਂ ਦੇ ਵਿੱਚ 20-30% ਕਿਸੇ 50% ਤੱਕ ਵੀ ਪ੍ਰੋਸੈਸਿੰਗ ਕੀਤੀ ਜਾਂਦੀ ਹੈ। ਇਸ ਲਈ ਵਿਭਾਗ ਵੱਲੋਂ ਪ੍ਰੋਸੈਸਿੰਗ ਕਰਨ ਵਾਸਤੇ ਵੀ ਸਾਡੇ ਹਾਰਟੀਕਲਚਰ ਡਿਪਾਰਟਮੈਂਟ ਵੱਲੋਂ ਕੌਮੀ ਬਾਗਬਾਨੀ ਮਿਸ਼ਨ ਦੇ ਅਧੀਨ ਤਕਰੀਬਨ 35% ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਬਿਨਾਂ ਸੈਂਟਰਲ ਗਵਰਨਮੈਂਟ ਦਾ ਇੱਕ ਅਦਾਰਾ ਹੈ ਨੈਸ਼ਨਲ ਹਾਰਟੀਕਲਚਰ ਬੋਰਡ, ਜਿਹਦਾ ਕਿ ਹੈੱਡ ਆਫਿਸ ਦਿੱਲੀ ਹੈ ਪਰ ਉਹਦਾ ਜਿਹੜਾ ਰੀਜਨਲ ਆਫਿਸ ਹੈ ਚੰਡੀਗੜ੍ਹ ਵਿਖੇ ਵੀ ਹੈ, ਉਹਨਾਂ ਵੱਲੋਂ ਵੀ ਵੱਡੇ ਪ੍ਰੋਜੈਕਟਾਂ ਦੇ ਉੱਤੇ ਇਹੋ ਜਿਹੇ ਯੂਨਿਟ ਲਗਾਉਣ ਵਾਸਤੇ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਬਿਨਾਂ ਜੋ ਸੈਂਟਰਲ ਗਵਰਨਮੈਂਟ ਦਾ ਇੱਕ ਹੋਰ ਡਿਪਾਰਟਮੈਂਟ ਹੈ ਜੋ ਪ੍ਰੋਸੈਸਿੰਗ ਡਿਪਾਰਟਮੈਂਟ ਨਾਲ ਡੀਲ ਕਰਦਾ, ਫੂਡ ਪ੍ਰੋਸੈਸਿੰਗ ਡਿਪਾਰਟਮੈਂਟ, ਉਹਨਾਂ ਵੱਲੋਂ ਵੀ ਉਹਦੀ ਪੈਕਿੰਗ ਲਈ, ਗ੍ਰੇਡਿੰਗ ਲਈ, ਰੈਫਰੀਜਰੇਟਰੀ ਵੈਨ ਜਾਂ ਕੋਲਡ ਸਟੋਰ ਲਗਾਉਣ ਵਾਸਤੇ ਸਬਸਿਡੀ ਦਿੱਤੀ ਜਾਂਦੀ ਹੈ। ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਜ਼ਿਮੀਦਾਰ ਭਰਾਵਾਂ ਨੂੰ ਕਿ ਇਹਨਾਂ ਸਾਰੇ ਡਿਪਾਰਟਮੈਂਟਾਂ ਨਾਲ ਤਾਲਮੇਲ ਕਰਕੇ ਤੁਸੀਂ ਆਪਣੀ ਇਹ ਇੰਡਸਟਰੀ ਨੂੰ ਲਗਾਓ ਤੇ ਇਹਦਾ ਵੱਧ ਤੋਂ ਵੱਧ ਫਾਇਦਾ ਲਓ। ਉਹਦੇ ਨਾਲ ਤੁਹਾਨੂੰ ਤਾਂ ਇਹਨਾਂ ਜ਼ਿਮੀਦਾਰ ਭਰਾਵਾਂ ਨੂੰ ਤਾਂ ਰੁਜ਼ਗਾਰ ਮਿਲੇਗਾ ਇੱਕ ਕਿਸਮ ਦਾ, ਜਾਂ ਆਮਦਨ ਵਿੱਚ ਵਾਧਾ ਹੋਵੇਗਾ। ਜਿਹੜੇ ਇਹਨਾਂ ਦੇ ਉੱਤੇ ਡਿਪੈਂਡੈਂਟ ਇੰਡਸਟਰੀਆਂ ਲੱਗਣਗੀਆਂ, ਹੋਰ ਬੇਰੁਜ਼ਗਾਰ ਲੋਕਾਂ ਨੂੰ ਵੀ ਇਹਦੇ ਨਾਲ ਆਮਦਨ ਦੇ ਵਿੱਚ ਵਾਧਾ ਹੋਵੇਗਾ, ਉਹਨਾਂ ਦਾ ਉਹਨਾਂ ਦੀ ਆਰਥਿਕ ਪੱਧਰ ਉੱਚਾ ਹੋਵੇਗਾ। ਹਾਂਜੀ ਮੈਡਮ, ਇਹਦੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ
ਇਹਦੇ ਵਿੱਚ ਬਾਗਬਾਨੀ ਵਿਭਾਗ ਵੱਲੋਂ ਵੀ ਰੈਫਰੀਜਰੇਟਰੀ ਬੈਨ ਦੇ ਉੱਤੇ ਜਿਹੜੀ ਕਿ 25 ਲੱਖ ਰੁਪਏ ਦਾ ਇੱਕ ਪ੍ਰੋਜੈਕਟ ਹੈ ਉਹਦੇ ਉੱਤੇ ਸਬਸਿਡੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਸੈਂਟਰ ਦੀਆਂ ਵੀ ਜੋ ਸਕੀਮਾਂ ਨੈਸ਼ਨਲ ਹਾਰਟੀਕਲਚਰ ਬੋਰਡ ਆ ਤੇ ਫੂਡ ਪ੍ਰੋਸੈਸਿੰਗ ਡਿਪਾਰਟਮੈਂਟ ਆ ਉਹਨਾਂ ਵੱਲੋਂ ਵੀ ਰੈਫਰੀਜਰੇਟਰ ਬੈਨ ਵਗੈਰਾ ਤੇ ਜੇ ਕਿਤੇ ਜਾਣਾ ਹੋਵੇ ਇਸ ਤੋਂ ਬਿਨਾਂ ਕੂਲ ਚੈਂਬਰ ਵਗੈਰਾ ਜਿਹੜੇ ਬਣਦੇ ਆ ਜਿਹਨਾਂ ਦੇ ਜਿੱਥੇ ਮਾਲ ਨੂੰ ਉਹਨਾਂ ਨੇ ਸਟੋਰ ਕਰਨਾ ਜਾਂ ਕੋਲਡ ਸਟੋਰ ਵੀ ਲਾਉਣੇ ਆ ਉਹ ਅਲੱਗ ਅਲੱਗ ਟੈਂਪਰੇਚਰ ਦੇ ਉੱਤੇ ਆਪਾਂ ਆਲੂਆਂ ਤੋਂ ਬਿਨਾਂ ਆਲੂਆਂ ਲਈ ਤਾਂ ਇੱਕੋ ਟੈਂਪਰੇਚਰ ਹੁੰਦਾ ਵੱਖ ਵੱਖ ਫਲਾਂ ਤੇ ਸਬਜ਼ੀਆਂ ਲਈ ਉਹ ਅਲੱਗ ਅਲੱਗ ਚੈਂਬਰ ਬਣ ਜਾਂਦੇ ਆ ਜਿਹਦੇ ਵਿੱਚ ਆਪਾਂ ਫਲ ਸਟੋਰ ਕਰ ਸਕਦੇ ਹਾਂ। ਇਸ ਤੋਂ ਬਿਨਾਂ ਮੈਂ ਇੱਕ ਹੋਰ ਦੱਸਣਾ ਚਾਹੂੰਗਾ ਅੱਜ ਕੱਲ੍ਹ ਸਰਕਾਰ ਹੁਣ ਬਹੁਤ ਜ਼ਿਆਦਾ ਹੈਲਥ ਕੌਨਸ਼ੀਅਸ ਹੋਈ ਹੋਈ ਹੈ ਜਿਵੇਂ ਕਿ ਪਹਿਲਾਂ ਫਲ ਫਰੂਟ ਸੀਗੇ ਜਿਹੜੇ ਹੈਗੇ ਉਹ ਨਾਰਮਲ ਸੋਡੀਅਮ ਕੈਲਸ਼ੀਅਮ ਕਾਰਬੋਹਾਈਡ੍ਰੇਟ ਨਾਲ ਪਕਾਏ ਜਾਂਦੇ ਸੀ ਜਿਹਦੇ ਨਾਲ ਬਹੁਤ ਜ਼ਿਆਦਾ ਬਿਮਾਰੀਆਂ ਲੱਗਣ ਦਾ ਖਤਰਾ ਹੋਇਆ ਸੀ। ਹੁਣ ਵਿਭਾਗ ਵੱਲੋਂ ਰਾਈਪਨਿੰਗ ਚੈਂਬਰ ਦੀ ਮਦਦ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ 35%। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਉਹ ਕਈ ਤਰ੍ਹਾਂ ਦੇ ਇੱਦਾਂ ਦੇ ਰਾਈਪਨਿੰਗ ਚੈਂਬਰ ਲੱਗ ਗਏ ਜਿਹਦੇ ਨਾਲ ਐਥੀਲੀਨ ਗੈਸ ਰਿਲੀਜ਼ ਹੁੰਦੀ ਹੈ। ਉਹ ਐਥੀਲੀਨ ਗੈਸ ਜਦੋਂ ਨਾਲ ਫਲ ਜਿਵੇਂ ਚੀਕੂ ਵਾ ਕੇਲਾ ਵਾ ਅੰਬ ਵਾ ਤੇ ਪਪੀਤਾ ਵਾ ਇਹਨਾਂ ਨੂੰ ਘੱਟੋ ਘੱਟ ਇਹਨਾਂ ਰਾਈਪਨਿੰਗ ਚੈਂਬਰ ਦੇ ਵਿੱਚ ਹੀ ਪਕਾਉਣਾ ਚਾਹੀਦਾ ਐਥੀਲੀਨ ਗੈਸ ਦੇ ਨਾਲ, ਨਹੀਂ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਬਿਮਾਰੀਆਂ ਲੱਗ ਜਾਂਦੀਆਂ ਨੇ। ਇਹ ਇਸੇ ਲਈ ਸਰਕਾਰ ਇਹਦੇ ਲਈ ਬਹੁਤ ਜ਼ਿਆਦਾ ਇਨਕਰੇਜ ਕਰ ਰਹੀ ਹੈ ਇਹਦੇ ਵਾਸਤੇ 35% ਸਬਸਿਡੀ ਦਿੱਤੀ ਜਾ ਰਹੀ ਆ। ਹੁਣ ਕਾਫੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀ ਤੇ ਹੋਰ ਬਾਹਰਲੇ ਜ਼ਿਲ੍ਹਿਆਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਰੈਪਿੰਗ ਚੈਂਬਰ ਹੁਣ ਲੱਗੇ ਹੋਏ ਹਨ। ਡਾਕਟਰ ਸਾਹਿਬ ਜੋ ਵਿਦਿਆਰਥੀ ਤੁਹਾਡੇ ਵਾਂਗ ਖੇਤੀਬਾੜੀ ਜਾਂ ਹਾਰਟੀਕਲਚਰ ਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ ਉਹਨਾਂ ਬਾਰੇ ਕੁਝ ਜਾਣਕਾਰੀ ਦਿਓ ਕੁਝ ਜਾਣਕਾਰੀ। ਮੈਡਮ ਇਹਦੇ ਬਾਰੇ ਮੈਂ ਦੱਸਣਾ ਚਾਹੂੰਗਾ ਕਿ ਪਹਿਲਾਂ ਤਾਂ ਸਮਾਜ ਸਿਹਤ ਤੇ ਦੱਸਣਾ ਚਾਹੂੰਗਾ ਜੇ ਜਿਹੜੇ ਬੇਰੁਜ਼ਗਾਰ ਲੋਕ ਪਿੰਡਾਂ ਦੇ ਵਿੱਚ ਵੱਸਦੇ ਹਨ ਉਹਨਾਂ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇੱਕ ਗਾਰਡਨ ਟ੍ਰੇਨਿੰਗ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ 6 ਮਹੀਨੇ ਦਾ ਕੋਰਸ ਆ। ਉਹ ਆਪਣੇ ਇਹ ਕੋਰਸ ਕਰਕੇ ਆਪਣੇ ਪੱਧਰ ਤੇ ਆਪਣੀਆਂ ਨਰਸੀਆਂ ਵੀ ਪੈਦਾ ਕਰ ਸਕਦੇ ਆ ਜਾਂ ਸਾਡੇ ਸਰਕਾਰੀ ਜਿਹੜੇ ਵਿਭਾਗਾਂ ਦੇ ਵਿੱਚ ਜਾਂ ਹੋਰ ਆਲਰੇਡੀ ਪ੍ਰਾਈਵੇਟ ਨਰਸੀਆਂ ਚੱਲ ਰਹੇ ਹਨ ਉਹ ਕੰਮ ਦੀ ਸਿਖਲਾਈ ਲੈ ਕੇ ਉੱਥੇ ਪਿਉਣ ਦਾ ਕੰਮ ਕਰ ਸਕਦੇ ਹਨ। ਉਹਦੇ ਨਾਲ ਉਹਨਾਂ ਦੇ ਰੁਜ਼ਗਾਰ ਦੇ ਵਿੱਚ ਵਾਧਾ ਹੋਵੇਗਾ। ਮੈਂ ਦੱਸਣਾ ਚਾਹੂੰਗਾ ਇੱਕ ਜੇ ਕੋਈ ਵਿਅਕਤੀ ਪਿਉਣ ਕਰਨਾ ਚਾਹੁੰਦਾ ਹੈ ਜਿਵੇਂ 5 ਰੁਪਏ ਤਕਰੀਬਨ ਇੱਕ ਬੂਟੇ ਨੂੰ ਪਿਉਣ ਕਰਨ ਦੇ ਲੈਂਦੇ ਹਨ, ਇੱਕ ਬੰਦਾ ਦਿਹਾੜੀ ਦੇ ਵਿੱਚ 500-700 ਬੂਟਾ ਪਿਉਣ ਕਰ ਦਿੰਦਾ ਹੈ, ਇਸ ਤਰ੍ਹਾਂ ਉਹ 2500-3500 ਦੇ ਕਰੀਬ ਉਹਦੀ ਆਮਦਨ ਦੇ ਵਿੱਚ ਵਾਧਾ ਹੋ ਸਕਦਾ ਹੈ। ਇਸ ਤੋਂ ਬਿਨਾਂ ਹਾਰਟੀਕਲਚਰ ਇੱਕ ਸੁਪਰਵਾਈਜ਼ਰ ਦਾ ਕੋਰਸ ਹੈ ਜਾਂ ਸਬ ਇੰਸਪੈਕਟਰ ਦਾ, ਉਹਦੀ ਕੁਆਲੀਫਿਕੇਸ਼ਨ +2 ਹੈ। ਜੋ ਪਹਿਲਾਂ ਮੈਂ ਗਾਰਡਨਰ ਦੀ ਗੱਲ ਕੀਤੀ ਸੀ ਉਹਦੀ ਮਿਡਲ ਪਾਸ ਤੋਂ ਲੈ ਕੇ 10ਵੀਂ ਤੱਕ ਉਹ ਲੈ ਲੈਂਦੇ ਨੇ। ਇਸ ਤੋਂ ਬਿਨਾਂ ਸਬ ਇੰਸਪੈਕਟਰ ਵਾਸਤੇ +2 ਦੀ ਕੁਆਲੀਫਿਕੇਸ਼ਨ ਹੈ, ਇਹਦਾ ਡਿਪਲੋਮਾ 1 ਸਾਲ ਦਾ ਡਿਪਲੋਮਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕੀਤਾ ਜਾਂਦਾ ਹੈ। ਇਸ ਤੋਂ ਬਿਨਾਂ ਜੋ ਮੈਂ ਆਪਣੇ ਬਾਰੇ ਜਿਵੇਂ ਮੈਂ ਗੱਲ ਕਰੂੰਗਾ ਹਾਰਟੀਕਲਚਰ ਡਿਵੈਲਪਮੈਂਟ ਦੀ ਪੋਸਟ ਹੈ ਡਿਪਾਰਟਮੈਂਟ ਦੇ ਵਿੱਚ ਜਿਹੜੀ ਫਸਟ ਲੈਵਲ ਦੇ ਉੱਤੇ ਹੈ, ਉਹਦੀ ਕੁਆਲੀਫਿਕੇਸ਼ਨ 2 ਤਰ੍ਹਾਂ ਦਾ ਹੈ ਉਹ ਪੈਟਰਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ। ਜਿਨ੍ਹਾਂ ਨੇ 10ਵੀਂ ਮੈਟ੍ਰਿਕ ਕੀਤੀ ਹੋਈ ਹੈ ਰੂਰਲ ਏਰੀਆ ਦੇ ਵਿੱਚੋਂ 10 ਪੜ੍ਹੇ ਵਿਅਕਤੀ, ਉਹਦੇ ਵਿੱਚ BSc ਐਗਰੀਕਲਚਰ 6 ਸਾਲ ਦਾ ਪ੍ਰੋਗਰਾਮ ਜੋ ਉਹਨਾਂ ਦਾ ਹੈ ਉਹ 6 ਸਾਲ ਦੀ ਡਿਗਰੀ ਹੁੰਦੀ ਹੈ BSc ਐਗਰੀਕਲਚਰ ਦੀ। ਜਿਨ੍ਹਾਂ ਨੇ +2 ਮੈਡੀਕਲ ਜਾਂ ਨਾਨ ਮੈਡੀਕਲ ਨਾਲ ਕੀਤੀ ਹੋਈ ਹੈ ਉਹ ਆਪਣੇ 4 ਸਾਲ ਦੀ ਡਿਗਰੀ ਉਹਨਾਂ ਦੀ BSc ਐਗਰੀਕਲਚਰ ਦੀ ਹੋ ਜਾਂਦੀ ਹੈ। ਇੱਦਾਂ ਦੇ ਜਿਹੜੇ ਪੁਰਾਣੇ ਸਰਕਾਰੀ ਕਾਲਜ ਆ ਉਹ ਖਾਲਸਾ ਕਾਲਜ ਕਮਰਸਰ ਵਿਖੇ ਚੱਲ ਰਿਹਾ ਹੈ, ਇੱਦਾਂ ਦਾ ਇੱਕ ਕਾਲਜ ਫਰੀਦਕੋਟ ਵਿਖੇ ਬਜਿੰਦਰਾ ਕਾਲਜ ਵਿੱਚ ਚੱਲ ਰਿਹਾ ਹੈ। ਇਸ ਤੋਂ ਬਿਨਾਂ ਹੁਣ ਬਹੁਤ ਸਾਰੇ ਪ੍ਰਾਈਵੇਟ ਕਾਲਜ ਵੀ ਜਿਹੜੇ BSc ਐਗਰੀਕਲਚਰ ਕਰਾਉਣ ਲੱਗ ਪਏ ਹਨ, ਪਰ ਉੱਥੇ ਉਹਨਾਂ ਕੋਲ ਉਹਨਾਂ ਦਾ ਇਨਫਰਾਸਟ੍ਰਕਚਰ ਨਹੀਂ ਜਿੰਨਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਾਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਹੈ। ਇਸ ਲਈ ਮੈਂ ਬੇਨਤੀ ਕਰੂੰਗਾ ਕਿ ਵਧੀਆ ਕਾਲਜ ਦੇ ਵਿੱਚ ਦਾਖਲਾ ਲੈ ਕੇ ਚੰਗੀ ਨੌਲੇਜ ਤਕਨੀਕੀ ਤੌਰ ਤੇ ਜਾਣਕਾਰੀ ਪ੍ਰਾਪਤ ਕਰਕੇ ਤੇ ਇਹਦੇ ਵਿੱਚ ਆਪਾਂ ਜੋਬ ਪ੍ਰਾਪਤ ਕਰ ਸਕਦੇ ਹਾਂ, ਆਪਣਾ ਕੰਮ ਵੀ ਸ਼ੁਰੂ ਕਰ ਸਕਦੇ ਹਾਂ। ਮੈਂ ਦੇਖਿਆ ਹੈ ਕਿ ਕਈ ਜ਼ਿਮੀਦਾਰ ਭਰਾ ਜਿਹੜੇ ਹੈ ਜਿਨ੍ਹਾਂ ਨੇ BSc ਐਗਰੀਕਲਚਰ ਜਾਂ MSc ਹਾਰਟੀਕਲਚਰ ਵਗੈਰਾ ਕੀਤੀ ਹੋਈ ਉਹਨਾਂ ਨੇ ਫੁੱਲਾਂ ਦਾ ਕੰਮ ਸ਼ੁਰੂ ਕੀਤਾ ਹੈ। ਫੁੱਲਾਂ ਦੇ ਵਿੱਚ ਸੀਡ ਪ੍ਰੋਡਕਸ਼ਨ ਦਾ ਕੰਮ ਹੁੰਦਾ ਹੈ ਜਿਹਦੇ ਨਾਲ ਉਹ ਸੀਡ ਪੈਦਾ ਕਰਕੇ ਬਾਅਦ ਫੋਰਨ ਕੰਟਰੀਆਂ ਨੂੰ ਵੀ ਐਕਸਪੋਰਟ ਕਰ ਰਹੇ ਨੇ। ਇਹਦਾ ਬਹੁਤ ਜ਼ਿਆਦਾ ਫਿਊਚਰ ਹੈ, ਕਈਆਂ ਨੇ ਨਰਸਰੀਆਂ ਖੋਲੀਆਂ ਹੋਈਆਂ ਹਨ, ਕਈਆਂ ਨੇ ਕਈ ਪ੍ਰੋਸੈਸਿੰਗ ਯੂਨਿਟ ਵੀ ਲਗਾਏ ਹੋਏ ਹਨ, ਇਸ ਲਈ ਇਹਦਾ ਹਾਰਟੀਕਲਚਰ ਦਾ ਬਹੁਤ ਜ਼ਿਆਦਾ ਸਕੋਪ ਹੈ। ਜਿਹਨਾਂ ਦੇ ਮਾਰਜਨਲ ਫਾਰਮਰ ਹੈ ਜਿਹਨਾਂ ਕੋਲ ਜ਼ਮੀਨ 2-2.5 ਏਕੜ ਦੀ ਹੈ ਉਹਨਾਂ ਲਈ ਜੇ ਸਬਜ਼ੀਆਂ ਮੈਂ ਦੇ ਵਿੱਚ ਦੱਸਣਾ ਚਾਹੂੰਗਾ, ਮੈਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਵੀ ਰਹਿ ਕੇ ਆਇਆ ਵਾਂ, ਉੱਥੇ ਮਾਰਜਨਲ ਫਾਰਮਰ ਮੈਨੂੰ ਮਿਲੇ ਜਿਨ੍ਹਾਂ ਦੇ ਕੋਲ 1 ਏਕੜ ਦੀ ਜ਼ਮੀਨ ਸੀ। ਉਹ ਇੰਨੀ ਇੰਟੈਂਸਿਵ ਖੇਤੀਬਾੜੀ ਕਰਦੇ ਸੀ ਜਿਵੇਂ ਵੱਟਾਂ ਦੇ ਉੱਤੇ ਉਹਨਾਂ ਨੇ ਟਮਾਟਰਾਂ ਦੀਆਂ ਬੇਲਾਂ ਲਾਈਆਂ ਹੋਈਆਂ, ਜਿਹੜੀਆਂ ਵਿਚਾਲੇ ਖਾਲੀਆਂ ਸੀ ਉਹਨਾਂ ਚ ਪਾਲਕ ਮੇਥੀ ਧਨੀਆ ਲਾਇਆ ਹੋਇਆ ਸੀ
ਤੇ ਉਹਨਾਂ ਦੇ ਮੰਡੀਕਰਨ ਆਪ ਕਰਦੇ ਸੀ ਤੇ 1 ਲੱਖ ਰੁਪਏ ਤੱਕ ਵੀ ਪਰ ਏਕੜ ਰੁਪਇਆ ਉਹ 1 ਏਕੜ ਚ ਕਮਾ ਰਹੇ ਸੀ। ਏਦਾਂ ਦੇ ਫਾਰਮਰ ਵੀ ਹੈਗੇ ਨੇ। ਮੈਂ ਦੱਸਣਾ ਚਾਹੂੰਗਾ ਕਿ ਬਾਗਬਾਨੀ ਵਿਭਾਗ ਦੇ ਵੱਲੋਂ ਵੀ ਇਹਦੇ ਵਿੱਚ ਮਦਦ ਕੀਤੀ ਜਾ ਰਹੀ ਹੈ ਵਰਮੀ ਕਲਚਰ ਗੰਡੋਇਆਂ ਦੀ ਖਾਦ ਬਣਾਉਣ ਵਾਸਤੇ ਵੀ ਬਾਹਰ ਦੂਜੀਆਂ ਖਾਦਾਂ ਨਾ ਪਾਈਆਂ ਜਾਣ, ਆਪਣੇ ਦੂਜੇ ਖਰਚੇ ਘਟਾ ਕੇ ਤੇ ਆਰਗੈਨਿਕ ਖੇਤੀ ਵੱਲ ਆਇਆ ਜਾਵੇ, ਉਹਦੇ ਚੋਂ ਆਮਦਨ ਵੱਧ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਮੈਂ ਹੁਣ ਦੱਸਣਾ ਚਾਹੂੰਗਾ ਕਿ ਸੈਂਟਰ ਗੌਰਮੈਂਟ ਦੀ ਸਕੀਮ ਆ ਗਈ ਨਰੇਗਾ ਸਕੀਮ ਦੇ ਅਧੀਨ, ਜਿਹਦੇ ਵਿੱਚ 2.5 ਏਕੜ ਤੱਕ ਹਾਰਟੀਕਲਚਰ ਜੇ ਕਿਸੇ ਨੇ ਬਾਗ ਲਗਾਉਣਾ ਹੋਵੇ ਤਾਂ ਉਹ 52,000 ਰੁਪਇਆ ਸਬਸਿਡੀ ਉਹਦੇ ਉੱਤੇ ਫਾਰਮਰ ਨੂੰ ਦਿੱਤੀ ਜਾਂਦੀ ਹੈ ਤੇ ਜਿਹੜਾ ਉਹਨਾਂ ਦਾ ਜੋਬ ਕਾਰਡ ਵੀ ਬਣ ਜਾਂਦਾ ਜਿਹੜੇ ਮਾਰਜਨਲ ਫਾਰਮਰ ਹੁੰਦੇ ਆ, ਉਹਦੇ ਲਈ ਜਿਹੜਾ ਲੇਬਰ ਦਾ ਖਰਚਾ ਵੀ ਉਹਨਾਂ ਨੂੰ ਮਿਲੂਗਾ, ਜਿਹੜਾ ਕੋਈ ਮਟੀਰੀਅਲ ਲੱਗਣਾ ਉਹਦੇ ਵਿੱਚ ਉਹਦੇ ਪੈਸੇ ਵੀ ਉਹਨਾਂ ਨੂੰ ਮਿਲਣਗੇ। ਇਸ ਲਈ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਜਿਹਨਾਂ ਜਿਵੇਂਦਾਰ ਭਰਾਵਾਂ ਕੋਲ ਘੱਟ ਜ਼ਮੀਨ ਆ ਉਹ ਬਾਗਬਾਨੀ ਵਿਭਾਗ ਦੇ ਦਫ਼ਤਰ ਜਾਂ ਜਿਹੜੇ ਵੀਡੀਓ ਨੇ ਬਲਾਕ ਪੱਧਰ ਦੇ ਦਫ਼ਤਰ ਆ ਉਹਨਾਂ ਦੇ ਨਾਲ ਉਹਨਾਂ ਨੂੰ ਸੰਪਰਕ ਤੁਰੰਤ ਕਰਨਾ ਚਾਹੀਦਾ ਹੈ ਤਾਂ ਕਿ ਜੋ ਸਰਕਾਰ ਦੀਆਂ ਸਕੀਮਾਂ ਹੈ ਉਹਨਾਂ ਤੋਂ ਉਹਨਾਂ ਦਾ ਫਾਇਦਾ ਲੈਣਾ ਚਾਹੀਦਾ ਹੈ। ਡਾਕਟਰ ਸਾਹਿਬ, ਜੇ ਕੋਈ ਛੋਟਾ ਕਿਸਾਨ 2-3 ਏਕੜ ਜ਼ਮੀਨ ਵਿੱਚ ਬਾਗ ਲਗਾਉਂਦਾ ਹੈ ਤਾਂ 2-3 ਸਾਲ ਉਸਨੂੰ ਉਸ ਤੋਂ ਕੋਈ ਕਮਾਈ ਨਹੀਂ ਹੁੰਦੀ ਤੇ ਇਸ ਕਮਾਈ ਦੇ ਗੈਪ ਨੂੰ ਕਿਸਾਨ ਕਿਵੇਂ ਪੂਰਾ ਕਰ ਸਕਦਾ ਹੈ? ਹਾਂਜੀ ਮੈਡਮ, ਇਹ ਤੁਹਾਡਾ ਸਵਾਲ ਇਹ ਬਹੁਤ ਹੀ ਮਹੱਤਵਪੂਰਨ ਸਵਾਲ ਹੈ ਕਿ ਜਿਹੜੇ ਛੋਟੇ ਫਾਰਮਰ ਨੇ ਜ਼ਿਮੀਦਾਰ ਉਹ ਇਸ ਲਈ ਡਰਦੇ ਰਹਿੰਦੇ ਆ ਕਿ ਉਹਨਾਂ ਨੂੰ ਉਸ ਸਮੇਂ ਦੌਰਾਨ ਵੀ ਉਹਨਾਂ ਨੂੰ ਆਮਦਨ ਨਹੀਂ ਪਹਿਲੇ ਸਮੇਂ ਦੌਰਾਨ ਆਮਦਨ ਨਹੀਂ ਪ੍ਰਾਪਤ ਹੋਣੀ। ਇਹਦੇ ਲਈ ਮੈਂ ਦੱਸਣਾ ਚਾਹੂੰਗਾ ਕਿ ਜਦੋਂ ਜ਼ਿਮੀਦਾਰ ਭਰਾ ਨੇ ਕੋਈ ਬਾਗ ਲਾਉਣਾ ਹੋਵੇ ਉਹਦੇ ਨਾਲ ਪਹਿਲਾਂ ਸਟੈਪ ਆਪਾਂ ਇਹ ਵੀ ਲੈ ਸਕਦੇ ਹਾਂ ਜੇ ਬਾਗ ਦਾ ਉਹਨਾਂ ਨੂੰ ਇੰਟਰਸਟ ਹੈ ਤਾਂ ਵੱਡੇ ਥੈਲਿਆਂ ਦੇ ਵਿੱਚ ਲਾ ਕੇ ਉਹ ਬੂਟੇ ਲਾ ਕੇ ਰੱਖੇ ਜਾ ਸਕਦੇ ਹਨ ਜਿਹੜੇ ਕਿ 1 ਸਾਲ ਲਈ ਆਪਾਂ ਉਹਨਾਂ ਨੂੰ ਉਹਦੇ ਵਿੱਚ ਰੱਖ ਸਕਦੇ ਹਾਂ। ਜਦੋਂ ਬੂਟੇ ਵੱਡੇ ਹੋ ਜਾਣ ਅਗਲੇ ਸਾਲ ਦੇ ਵਿੱਚ ਆਪਾਂ ਬਾਗ ਉਹਦਾ ਲਗਾ ਸਕਦੇ ਹਾਂ। ਜੇਕਰ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ, ਜ਼ਿਆਦਾ ਮਿਹਨਤ ਦੀ ਥੋੜ੍ਹੀ ਲੋੜ ਪੈਂਦੀ ਹੈ। ਜੇ ਦੂਸਰੇ ਰੂਟ ਸਿੱਧੇ ਤੌਰ ਤੇ ਆਪਾਂ ਬਾਗ ਲਗਾਈਏ ਉਹਦੇ ਵਿੱਚ ਆਪਾਂ ਫਲੀਦਾਰ ਫਸਲਾਂ ਜੇਕਰ ਬੀਜ ਦਈਏ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ। ਜਿਸ ਤਰ੍ਹਾਂ ਮੂੰਗੀ, ਮਸਰੀ, ਮਟਰ, ਮਾਂਹ, ਛੋਲੇ ਜੇਕਰ ਇਹ ਫਸਲਾਂ ਬੀਜੀਆਂ ਜਾਣ ਉਹਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵੱਧਦੀ ਹੈ, ਉਹਦੇ ਨਾਲ ਨਾਈਟ੍ਰੋਜਨ ਫਿਕਸੇਸ਼ਨ ਹੁੰਦੀ ਹੈ ਉਹਦੇ ਨਾਲ ਜਿਹੜੀ ਫਲੀਦਾਰ ਫਸਲਾਂ। ਇਸ ਤੋਂ ਬਿਨਾਂ ਜੇਕਰ ਆਪਾਂ ਫੁੱਲਾਂ ਦੀ ਖੇਤੀ ਕਰ ਲਈਏ ਜਾਂ ਸਬਜ਼ੀਆਂ ਹੋਰ ਲਗਾ ਲਈਏ ਉਹ ਵੀ ਆਪਾਂ ਇਹਦੇ ਵਿੱਚ ਲਗਾ ਸਕਦੇ ਹਾਂ ਤੇ ਖਰਚਾ ਪੂਰਾ ਕਰ ਸਕਦੇ ਹਾਂ। ਇਹ ਨਹੀਂ ਕਿ ਆਪਾਂ 3 ਸਾਲ ਉਹਦੇ ਵੇਟ ਕਰਾਂਗੇ ਵੀ ਉਹਦਾ ਫਲ ਆਵੇਗਾ ਤਾਂ ਆਪਾਂ ਆਮਦਨ ਪ੍ਰਾਪਤ ਕਰਾਂਗੇ। ਇਸ ਤੋਂ ਬਿਨਾਂ ਵੀ ਆਪਾਂ ਆਮਦਨ ਕੈਸ਼ ਕਰੋਪਸ ਜਿਹੜੀਆਂ ਇਹ ਕਿਸਮ ਦੀਆਂ ਕੈਸ਼ ਕਰੋਪਸ ਨੇ 2-3 ਮਹੀਨੇ ਬਾਅਦ ਹੀ ਇਹਨਾਂ ਦਾ ਸਬਜ਼ੀਆਂ ਜਿਵੇਂ ਜਿਸ ਤਰ੍ਹਾਂ ਹੈਗੀਆਂ ਜਾਂ ਫੁੱਲ ਹੈਗੇ ਉਹਨਾਂ ਤੋਂ ਆਮਦਨ ਪ੍ਰਾਪਤ। ਹਾਂਜੀ ਮੈਡਮ, ਮੈਂ ਦੱਸਣਾ ਚਾਹੂੰਗਾ ਕਿ ਸਾਰੇ ਜ਼ਿਮੀਦਾਰ ਭਰਾਵਾਂ ਨੂੰ ਹੁਣ ਆਉਣ ਵਾਲੇ ਭਵਿੱਖ ਦੇ ਵਿੱਚ ਦਸੰਬਰ ਜਨਵਰੀ ਦੇ ਵਿੱਚ ਫਲਦਾਰ ਬੂਟੇ ਲਗਾਏ ਹਨ। ਜਿਹੜੇ ਜ਼ਿਮੀਦਾਰ ਭਰਾਵਾਂ ਨੇ ਬਾਗਬਾਨੀ ਦਾ ਕਿੱਤਾ ਅਪਣਾਉਣਾ ਹੋਵੇ ਉਹਨਾਂ ਨੂੰ ਹੁਣ ਤੋਂ ਹੀ ਬਾਗਬਾਨੀ ਵਿਭਾਗ ਦੇ ਦਫ਼ਤਰਾਂ ਦੇ ਨਾਲ ਸੰਪਰਕ ਕਰ ਲੈਣਾ ਚਾਹੀਦਾ ਹੈ ਕਿਉਂਕਿ ਉਹਦੇ ਵਿੱਚ ਪਹਿਲਾਂ ਮਿੱਟੀ ਪਾਣੀ ਦੇ ਸੈਂਪਲਾਂ ਦੀ ਟੈਸਟਿੰਗ ਕੀਤੀ ਜਾਣੀ ਹੈ। ਉਹਦੇ ਹਿਸਾਬ ਨਾਲ ਹੀ ਉਹਦੀ ਨਿਸ਼ਾਨਦੇਹੀ ਅੱਗੇ ਜਿਹੜੇ ਬੂਟੇ ਲਾਉਣੇ ਆ ਜਾਂ ਬੂਟਿਆਂ ਦੀ ਬੁਕਿੰਗ ਕਰਨੀ ਆ ਉਹ ਹੁਣ ਤੋਂ ਹੀ ਉਹਨਾਂ ਦੀ ਪ੍ਰਬੰਧ ਕਰਨਾ ਚਾਹੀਦਾ ਹੈ। ਸਾਡੇ ਬਾਗਬਾਨੀ ਵਿਭਾਗ ਦੇ ਦਫ਼ਤਰ ਜ਼ਿਲ੍ਹਾ ਪੱਧਰ ਦੇ ਉੱਤੇ ਡਿਪਟੀ ਡਾਇਰੈਕਟਰ ਦੇ ਦਫ਼ਤਰ ਤੇ ਬਲਾਕ ਪੱਧਰ ਉੱਤੇ ਬਾਗਬਾਨੀ ਵਿਕਾਸ ਅਫਸਰ ਦੇ ਦਫ਼ਤਰ ਬਣੇ ਹੋਏ ਹਨ। ਉੱਥੇ ਜਾ ਕੇ ਉਹਨਾਂ ਨੂੰ ਤੁਰੰਤ ਸੰਪਰਕ ਕਰ ਲੈਣਾ ਚਾਹੀਦਾ ਹੈ ਤੇ ਵਿਭਾਗ ਦੀਆਂ ਸਕੀਮਾਂ ਦਾ ਉਹਨਾਂ ਨੂੰ ਫਾਇਦਾ ਲੈਣਾ ਚਾਹੀਦਾ। ਦੋਸਤੋ, ਇਹ ਸਨ ਡਾਕਟਰ ਸਵਰਨ ਸਿੰਘ ਮਾਨ। ਸਾਨੂੰ ਉਡੀਕ ਰਹੇਗੀ ਤੁਹਾਡੇ ਕਮੈਂਟਸ, ਸਵਾਲਾਂ ਤੇ ਸੁਝਾਵਾਂ ਦੀ। ਇਸ ਬਾਗਬਾਨੀ ਬਾਰੇ ਤੁਸੀਂ ਆਪਣੇ ਸਵਾਲ ਤੇ ਸੁਝਾਵ ਇਸ ਵੀਡੀਓ ਦੇ ਕਮੈਂਟਸ ਵਿੱਚ ਦੱਸ ਸਕਦੇ ਹੋ ਤੇ ਛੇਤੀ ਹੀ ਅਸੀਂ ਇਹਨਾਂ ਸਵਾਲਾਂ ਤੇ ਸੁਝਾਵਾਂ ਦੇ ਜਵਾਬ ਨਾਲ ਇੱਕ ਵਾਰੀ ਫਿਰ ਡਾਕਟਰ ਸਾਹਿਬ ਨੂੰ ਆਪਣੇ ਸਟੂਡੀਓ ਵਿੱਚ ਆਮੰਤ੍ਰਿਤ ਕਰਾਂਗੇ।